ਫਰੀਦਕੋਟ ਸ਼ਹਿਰ ਵਿੱਚ ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਸ਼ਹਿਰ ਤੋਂ ਪਿੰਡ ਜਾ ਰਹੇ ਇੱਕ ਜੋੜੇ ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਕੋਲੋਂ ਗਹਿਣੇ ਤੇ ਨਗਦੀ ਲੁੱਟ ਲਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਕੁਝ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਗਹਿਣੇ ਅਤੇ ਨਗਦੀ ਲੁੱਟ ਲਈ। ਵਿਰੋਧ ਕਰਨ ਤੇ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਮੇਰੇ ਘਰ ਵਾਲੇ ਨੇ ਪਹਿਲਾਂ ਸਾਡੇ ਜਦੋਂ ਮਾਂ ਪੁੱਤਾਂ ਦੇ ਪਿਸਟਲ ਲਾਇਆ ਸਿਰ ਦੇ ਉੱਪਰ, ਬਾਅਦ ਦੇ ਵਿੱਚ ਮੂਹਰੇ ਆ ਗਏ, ਇਹਨਾਂ ਨੇ ਚੱਕ ਕੇ ਕਿਰਪਾਨ ਮਾਰੀ, ਮੇਰਾ ਪਰਸ ਖੋ ਕੇ ਲੈ ਗਏ, ਮੇਰੇ ਜੁਐਲਰੀ ਵਗੈਰਾ ਸਾਰੀ ਲਵਾ ਕੇ ਲੈ ਗਏ। ਅਸਲਾ ਜਿਹੜਾ ਨਜਾਇਜ਼ ਅਸਲਾ ਜਿਹੜਾ ਬਾਹਰੋਂ ਵਿਦੇਸ਼ੀ ਹਥਿਆਰ ਲਿਆ ਕੇ ਵੀ ਵੇਚਦੇ ਰਹੇ, ਉਹ ਵੀ ਬੰਦੇ ਇਸ ਸ਼ਹਿਰ ਦੇ ਵਿੱਚ ਹੈ। ਸੋ ਇਸ ਵਾਸਤੇ ਪ੍ਰਸ਼ਾਸਨ ਦੀ ਜਿਹੜੀ ਢਿੱਲ ਹੈ ਇਹ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਹੈ। ਸੋ ਇਸ ਵਾਸਤੇ ਲੋੜ ਆ ਅੱਜ ਸਾਨੂੰ ਪ੍ਰਸ਼ਾਸਨ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਆਪਦਾ ਕਾਨੂੰਨ ਦੀ ਵਿਵਸਥਾ ਦਾ ਰਾਜ ਲਿਆਵੇ, ਨਹੀਂ ਤਾਂ ਬੜਾ ਔਖਾ ਹੋ ਜਾਊਗਾ 5 ਸਾਲ ਸਰਕਾਰ ਨੂੰ ਸੰਭਾਲਣਾ। ਹਾਲੇ ਤਾਂ 5 ਦਿਨ ਨਹੀਂ ਹੋਏ ਅਜਿਹੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ।